ਨਾਲ ਇਸ ਬੁਲੇਟਿਨ ਦੇ ਨਾਲ ਮੈਂ ਅਵਤਾਰ ਸਿੰਘ ਢਿੱਲੋਂ ਸਭ ਤੋਂ ਪਹਿਲਾਂ ਖਾਸ ਖਬਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਉਨ੍ਹਾਂ ਦੀ ਆਲਮੀ ਲੀਡਰਸ਼ਿਪ ਲਈ ਫਿਜੀ ਅਤੇ ਪਪੂਆ ਨਿਊ ਗਿਨੀ ਦੇ ਸਭ ਤੋਂ ਵੱਡੇ ਸਿਵਲੀਅਨ ਸਨਮਾਨ ਨਾਲ ਨਿਵਾਜਿਆ ਗਿਆ ਹੈ। ਪਪੂਆ ਨਿਊ ਗਿਨੀ ਦੇ ਪ੍ਰਧਾਨ ਮੰਤਰੀ ਜੇਮਸ ਮਰੈਪ ਨੇ ਕਿਹੈ ਕਿ ਪ੍ਰਸ਼ਾਂਤ ਟਾਪੂ ਦੇਸ਼ ਆਲਮੀ ਪੱਧਰ ਤੇ ਤਾਕਤ ਦੀ ਖੇਡ ਦੇ ਸ਼ਿਕਾਰ ਨੇ ਅਤੇ ਇਹ ਦੇਸ਼ ਆਲਮੀ ਮੰਚਾਂ ਤੇ ਭਾਰਤੀ ਲੀਡਰਸ਼ਿਪ ਦੇ ਪਿੱਛੇ ਤੁਰਨਗੇ। RBI ਨੇ 2000 ਰੁਪਏ ਦੇ ਨੋਟ ਬਦਲਾਉਣ ਦੇ ਸਬੰਧ ਵਿਚ ਬੈਂਕਾਂ ਨੂੰ ਤਾਜ਼ਾ ਸਲਾਹ ਜਾਰੀ ਕੀਤੀ ਹੈ। ਸੈਰ ਸਪਾਟੇ ਬਾਰੇ G20 ਕਾਰਜਕਾਰੀ ਸਮੂਹ ਦੀ ਤੀਜੀ ਮੀਟਿੰਗ ਅੱਜ ਦੁਪਹਿਰ ਬਾਅਦ ਜੰਮੂ ਕਸ਼ਮੀਰ ਵਿਚ ਸ੍ਰੀਨਗਰ ਵਿਖੇ ਸ਼ੁਰੂ ਹੋਏਗੀ ਅਤੇ ਭਾਰਤੀ ਖਿਡਾਰੀ ਸ਼ਰਤ ਕਮਲ ਤੇ ਜੀ ਸਾਥੀਅਨ ਨੇ ਦੱਖਣੀ ਅਫਰੀਕਾ ਦੇ ਡਰਬਨ ਵਿਚ ਵਿਸ਼ਵ ਟੇਬਲ ਟੈਨਿਸ ਚੈਂਪੀਅਨਸ਼ਿਪ ਵਿਖੇ ਜੇਤੂ ਸ਼ੁਰੂਆਤ ਕੀਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਭਾਰਤ ਪ੍ਰਸ਼ਾਂਤ ਟਾਪੂ ਦੇਸ਼ ਸਹਿਯੋਗ FIPIC ਲਈ ਮੰਚ ਦੇ ਤੀਜੇ ਸਿਖਰ ਸੰਮੇਲਨ ਦੀ ਪ੍ਰਧਾਨਗੀ ਕੀਤੀ। FIPIC ਤੀਜੀ ਸਿਖਰ ਮੀਟਿੰਗ ਵਿਖੇ ਆਪਣੀਆਂ ਸ਼ੁਰੂਆਤੀ ਟਿੱਪਣੀਆਂ ਵਿਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਪੂਰੀ ਦੁਨੀਆ ਅੱਜ ਨਵੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਏ ਅਤੇ ਆਲਮੀ ਖੁਰਾਕ ਈਂਧਨ ਖਾਦਾਂ ਅਤੇ ਫਾਰਮਾ ਸਪਲਾਈ ਲੜੀ ਚ ਪ੍ਰਤੱਖ ਰੁਕਾਵਟਾਂ ਨੇ। ਉਨਾਂ ਇਹ ਵੀ ਕਿਹਾ ਕਿ ਜਦੋਂ ਕੋਵਿਡ ਅਤੇ ਹੋਰ ਮੁਸ਼ਕਲ ਸਮਿਆਂ ਸਨ ਤਾਂ ਵਿਸ਼ਵ ਨੂੰ ਪ੍ਰਭਾਵਿਤ ਕੀਤਾ ਤਾਂ ਭਰੋਸੇਯੋਗ ਦੇਸ਼ ਮਦਦ ਲਈ ਅੱਗੇ ਨਹੀਂ ਆਏ ਤਾਂ ਭਾਰਤ ਨੇ ਪ੍ਰਸ਼ਾਂਤ ਟਾਪੂ ਦੇਸ਼ਾਂ ਦੀ ਕਾਫੀ ਮਦਦ ਕੀਤੀ। ਇਸ ਸਮਾਰੋਹ ਵਿਖੇ ਬੋਲਦਿਆਂ ਪਪੂਆ ਨਿਊ ਗਿਨੀ ਦੇ ਪ੍ਰਧਾਨ ਮੰਤਰੀ ਜੇਮਸ ਮਰੈਪ ਨੇ ਕਿਹਾ ਕਿ ਉਹ ਆਲਮੀ ਪੱਧਰ ਤੇ ਤਾਕਤ ਦੇ ਖੇਡ ਦੇ ਸ਼ਿਕਾਰ ਨੇ। ਉਨਾਂ ਕਿਹਾ ਕਿ ਪ੍ਰਸ਼ਾਂਤ ਖਿੱਤੇ ਦੇ ਟਾਪੂ ਦੇਸ਼ ਆਲਮੀ ਮੰਚਾਂ ਤੇ ਭਾਰਤੀ ਲੀਡਰਸ਼ਿਪ ਦੇ ਪਿੱਛੇ ਤੁਰਨਗੇ। ਸ੍ਰੀ ਮਰੈਪ ਨੇ ਸ੍ਰੀ ਮੋਦੀ ਨੂੰ ਆਲਮੀ ਦੱਖਣ ਦੇ ਨੇਤਾ ਵਜੋਂ ਕਰਾਰ ਦਿੱਤਾ ਅਤੇ ਉਨ੍ਹਾਂ ਨੂੰ G20 ਤੇ G7 ਦੇ ਆਲਮੀ ਮੰਚਾਂ ਤੇ ਛੋਟੇ ਟਾਪੂ ਦੇਸ਼ਾਂ ਲਈ ਇਕ ਸਰਗਰਮ ਆਵਾਜ਼ ਬਣਨ ਦੀ ਅਪੀਲ ਕੀਤੀ। ਪ੍ਰਧਾਨ ਮੰਤਰੀ ਕੱਲ੍ਹ ਸ਼ਾਮੀ ਜਪਾਨ ਤੋਂ ਪਪੂਆ ਨਿਊ ਗਿਨੀ ਪਹੁੰਚੇ ਸਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣੀ ਆਲਮੀ ਲੀਡਰਸ਼ਿਪ ਲਈ ਫਿਜੀ ਦੇ ਸਰਵਉੱਚ ਸਿਵਲੀਅਨ ਸਨਮਾਨ ਦ ਚੈਂਪੀਅਨ ਆਫ ਦ ਆਰਡਰ ਆਫ ਫਿਜੀ ਨਾਲ ਸਨਮਾਨਿਤ ਕੀਤਾ ਗਿਆ ਹੈ। ਪਪੂਆ ਨਿਊ ਗਿਨੀ ਦੇ ਗਵਰਨਰ ਜਨਰਲ ਬੌਬ ਡਾਇਡ ਨੇ ਵੀ ਸ੍ਰੀ ਮੋਦੀ ਨੂੰ ਦੇਸ਼ ਦਾ ਸਰਵਉੱਚ ਸਿਵਲੀਅਨ ਅਵਾਰਡ ਦ ਗ੍ਰੈਂਡ ਚੈਂਪੀਅਨ ਆਫ ਦ ਆਰਡਰ ਆਫ ਲਗੋਹ ਪ੍ਰਦਾਨ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪ੍ਰਸ਼ਾਂਤ ਟਾਪੂ ਦੇਸ਼ਾਂ ਤੋਂ ਭਾਰਤੀ ਤਕਨੀਕੀ ਤੇ ਆਰਥਿਕ ਸਹਿਯੋਗ ਪ੍ਰੋਗਰਾਮ ਦੇ ਸਾਬਕਾ ਮੈਂਬਰਾਂ ਨਾਲ ਵੀ ਗੱਲਬਾਤ ਕੀਤੀ। ਉਨਾਂ ਨੇ ਭਾਰਤੀਆਂ ਨੂੰ ਆਪਣੇ ਦਿਲਾਂ ਵਿਚ ਥਾਂ ਦੇਣ ਤੇ ਖਿੱਤੇ ਵਿਚ ਸਮਰੱਥ ਨਿਰਮਾਣ ਕੋਸ਼ਿਸ਼ਾਂ ਵਾਸਤੇ ਆਪਣੀ ਹਮਾਇਤ ਦੁਹਰਾਈ। ਪਪੂਆ ਨਿਊ ਗਿਨੀ ਦਾ ਆਪਣਾ ਪਹਿਲਾ ਤੇ ਦਿਨ ਭਰ ਲੰਮਾ ਦੌਰਾ ਖਤਮ ਕਰਨ ਦੇ ਬਾਅਦ ਪ੍ਰਧਾਨ ਮੰਤਰੀ ਸਿਡਨੀ ਲਈ ਰਵਾਨਾ ਹੋ ਗਏ ਨੇ। ਭਾਰਤੀ ਰਿਜ਼ਰਵ ਬੈਂਕ RBI ਨੇ RBI ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹੈ ਕਿ 2000 ਰੁਪਏ ਦੇ ਬੈਂਕ ਨੋਟਾਂ ਨੂੰ ਵਾਪਸ ਲਿਆ ਜਾਣਾ ਕਰੰਸੀ ਪ੍ਰਬੰਧ ਦਾ ਹਿੱਸਾ ਹੈ। ਉਨਾਂ ਕਿਹਾ ਕਿ RBI ਲੰਮੇ ਸਮੇਂ ਤੋਂ ਇਕ ਸਾਫ਼ ਸੁਥਰੇ ਨੋਟਾਂ ਲਈ ਇਕ ਨੀਤੀ ਤੇ ਚੱਲ ਰਿਹਾ। ਸ੍ਰੀ ਦਾਸ ਨੇ ਕਿਹਾ ਕਿ ਸਮੇਂ ਸਮੇਂ ਤੇ ਇਹ ਇਕ ਖਾਸ ਸੀਰੀਜ਼ ਦੇ ਨੋਟ ਵਾਪਸ ਲੈਂਦਾ ਹੈ ਤੇ ਨਵੇਂ ਨੋਟ ਜਾਰੀ ਕਰਦਾ ਹੈ। ਅੱਜ ਨਵੀਂ ਦਿੱਲੀ ਵਿਚ ਮੀਡੀਆ ਨਾਲ ਗੱਲਬਾਤ ਕਰਦਿਆਂ ਸ੍ਰੀ ਦਾਸ ਨੇ ਕਿਹਾ ਕਿ ਮੁੱਢਲੇ ਤੌਰ ਤੇ 2000 ਰੁਪਏ ਦੇ ਬੈਂਕ ਨੋਟ ਨੋਟਬੰਦੀ ਦੇ ਬਾਅਦ ਵਾਪਸ ਲਏ ਗਏ ਨੋਟਾਂ ਦੀ ਭਰਪਾਈ ਲਈ ਲਿਆਂਦੇ ਗਏ ਸਨ ਤੇ ਇਹ ਮਕਸਦ ਪੂਰਾ ਹੋ ਗਿਆ ਤੇ ਚੱਲਣ ਵਿਚ ਹੁਣ ਕਾਫ਼ੀ ਨੋਟ ਨੇ। ਉਨਾਂ ਕਿਹਾ ਕਿ ਬੈਂਕਾਂ ਨੂੰ ਕੱਲ੍ਹ ਤੋਂ ਸ਼ੁਰੂ ਹੋ ਰਹੀ 2000 ਰੁਪਏ ਦੇ ਨੋਟ ਬਦਲਾਉਣ ਦੀ ਪ੍ਰਕਿਰਿਆ ਲਈ ਜ਼ਰੂਰੀ ਇੰਤਜ਼ਾਮ ਕਰਨ ਲਈ ਕਿਹਾ ਗਿਆ ਹੈ। ਸ੍ਰੀ ਦਾਸ ਨੇ ਵੀ ਸਪਸ਼ਟ ਕੀਤਾ ਕਿ RBI 2000 ਰੁਪਏ ਦੇ ਨੋਟਾਂ ਨੂੰ ਵਾਪਸ ਲੈ ਰਿਹਾ ਪਰ ਇਹ ਕਾਨੂੰਨੀ ਤੌਰ ਤੇ ਹਾਲਾ ਵੈਧ ਬਣੇ ਰਹਿਣਗੇ। ਉਨਾਂ ਕਿਹਾ ਕਿ RBI ਬੈਂਕ ਨੋਟ ਬਦਲਾਉਣ ਸਬੰਧੀ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ਪ੍ਰਤੀ ਸੰਵੇਦਨਸ਼ੀਲ ਰਹੇਗਾ। ਓਡੀਸ਼ਾ ਵਿਚ ਨਵੀਨ ਪਟਨਾਇਕ ਦੇ ਮੰਤਰੀਆਂ ਦੀ ਕੌਂਸਲ ਵਿਚ ਤਿੰਨ ਨਵੇਂ ਮੰਤਰੀ ਵਿਕਰਮ ਕੇਸ਼ਰੀ ਅਰੁਖਾ, ਸਰਦਾ ਨਾਇਕ ਅਤੇ ਸੁਦਨ ਮਾਂਡੀ ਨੂੰ ਸ਼ਾਮਲ ਕੀਤਾ ਗਿਆ ਹੈ। ਰਾਜਪਾਲ ਗਣੇਸ਼ੀ ਲਾਲ ਨੇ ਅੱਜ ਭੁਵਨੇਸ਼ਵਰ ਵਿਚ ਲੋਕ ਸੇਵਾ ਭਵਨ ਵਿਖੇ ਮੰਤਰੀਆਂ ਨੂੰ ਅਹੁਦੇ ਅਤੇ ਸਰਕਾਰੀ ਭੇਤ ਗੁਪਤ ਰੱਖਣ ਦੀ ਸਹੁੰ ਚੁੱਕੀ। ਤਿੰਨ ਮੰਤਰੀਆਂ ਨੂੰ ਸ਼ਾਮਲ ਕੀਤੇ ਜਾਣ ਨਾਲ ਓਡੀਸ਼ਾ ਦੇ ਮੰਤਰੀਆਂ ਦੀ ਕੌਂਸਲ ਵਿਚ ਇਹ ਗਿਣਤੀ ਹੁਣ 22 ਹੋ ਗਈ ਹੈ। ਵਿਕਰਮ ਕੇਸ਼ਰੀ ਅਰੁਖਾ, ਸੁਦਾਨ ਮਾਂਡੀ ਤੇ ਸਰਦਾ ਨਾਇਕ ਕ੍ਰਮਵਾਰ ਭੰਜਾ ਨਗਰ, ਬਾਂਗਰੀਪੋਸੀ ਤੇ ਰੁੜਕੇਲਾ ਤੋਂ ਵਿਧਾਇਕ ਨੇ। ਪਿਛਲੇ ਹਫ਼ਤੇ ਸਕੂਲ ਅਤੇ ਲੋਕ ਸਿੱਖਿਆ ਮੰਤਰੀ ਸਮੀਰ ਰੰਜਨ ਦਾਸ਼ ਅਤੇ ਕਿਰਤ ਮੰਤਰੀ ਸ਼੍ਰੀਕਾਂਤ ਸਾਹੂ ਨੇ ਆਪਣੇ ਆਪਣੇ ਅਹੁਦਿਆਂ ਤੋਂ ਅਸਤੀਫ਼ਾ ਦੇ ਦਿੱਤਾ ਸੀ ਜਦਕਿ ਸਿਹਤ ਮੰਤਰੀ ਦਾ ਅਹੁਦਾ ਨਵਾ ਡੈਸ਼ ਦੀ ਹੱਤਿਆ ਮਗਰੋਂ ਖਾਲੀ ਪਿਆ ਸੀ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ।
G20 सैर सपाटा कार्यकारी समूह की तीजी मीटिंग अज जम्मू कश्मीर श्रीनगर शुरू होगी। ए बुधवार तक चलेगी। तीन दिन मीटिंग दौरान G20 मैंबर देश सदे गए देश अंतरराष्ट्रीय संस्थावां तों डेलीगेट्स सैर सपाटा सैक्टर अगे वधण लई सांझे तौर ते काम करन लई विचार वटांदरे करनगे। कल श्रीनगर शेरे कश्मीर अंतरराष्ट्रीय कॉन्फ्रेंस सेंटर विखे एक प्रेस कॉन्फ्रेंस नूं संबोधन करदिआं सैर सपाटा मंत्रालय के सकत्र अरविंद सिंह ने कहा है कि मीटिंग विच मुख तौर ते पंज खेत्रां ते विचार वटांदरा कीता जाएगा जो ने ग्रीन टूरिज्म भाव चुगिरदा पक्की सैर सपाटा डिजिटलाइजेशन हुनर MSMEs ते डेस्टीनेशन मैनेजमेंट। ए तरजीहां सैर सपाटा सैक्टर की कायापलट नूं तेज करन ते 2030 तक निरंतर विकास टीचियां नूं हासिल करन लई अहम निर्माण थमने। भारत की G20 प्रधानगी तहत वातावरण से चुगिरदा निरंतरता कार्यकारी समूह ECSWG की मीटिंग मुंबई में शुरू हो गई है। यह मीटिंग निरंतर से लचकीले भविख लई G20 देशों सदे गए देशों से अंतरराष्ट्रीय संस्थावां दी कोशिशों तेज करने की दिशा में एक अहम कदम है। भारत की G20 प्रधानगी तहत ECSWG का उद्देश्य शाहराहां दे निरंतर प्रबंध अते समुद्री जैव विभिन्नता सांभ संभाल लई आधुनिक विकास वास्ते G20 देशां दरम्यान सहयोग वधाउणा ए। केरला विच बंदरगाहां जहाजरानी ते जलमार्गां बारे मंत्रालय ने मैरीटाइम सैक्टर नूं आत्म निर्भर बनाउण लई निर्देश देण वास्ते सुझावां ते खोजां बारे टीचियां ते विचारां ते विचार वटांदरे लई कल मुनार विखे 2 दिना चिंतन शिविर शुरू कीता है। शिविर का उद्घाटन करदिआं बंदरगाहां जहाजरानी ते जलमार्गां बारे केंद्रीय मंत्री सर्वानंद सोनोवाल ने मैरीटाइम सैक्टर विच भारत नूं आलमी आगू बनाउण विच वख-वख भागीदारां वल्लों निभाईआं वचनबद्धतावां ते सख्त मेहनत लई उन्हां दी तारीफ कीती। उन्हां कहा कि भारत ने आलमी तौर ते नवां रुतबा हासिल कर लिआ ते उन्हां दा मंत्रालय देश नूं आत्म निर्भर बनाउण दी दिशा विच इस नूं होर हुलारा देण ते प्रधानमंत्री नरेंद्र मोदी दे दृष्टिकोण नूं लागू करन लई सारीआं वड्डीआं संस्थावां नाल तालमेल करके काम कर रिहा है। भारतीय मौसम विभाग ने बहुत ज्यादा गर्मी पैण की चेतावनी जारी की है। पूरे उत्तर पछमी भारत में तापमान के 2 से 3 डिग्री सैलसीयस तक वधन की पेशेनगोई की है। अपने हालिया बुलेटिन भारतीय मौसम विभाग ने दक्षणी हरियाणा उत्तर प्रदेश के दक्षणी हिस्सों पछमी राजस्थान पूर्वी मध्य प्रदेश पछमी बंगाल के गंगा के इलाकों से पूरे झारखंड गर्मी पैण बारे कहा है। कल पछमी राजस्थान विच वध तों वध तापमान 44 से 45 डिग्री सैलसीयस ते पूर्वी राजस्थान के बहुते हिस्सों विच तापमान 42 से 44 डिग्री सैलसीयस रहा। उधर राष्ट्रीय राजधानी विच इस रुत का सब तों वध तापमान रिकॉर्ड किया गया जिथे कि पारा 46.3 डिग्री सैलसीयस तक वध्या। मौसम विभाग ने 23 मई तों पूरे उत्तर पछमी भारत विच ताजा पछमी गड़बड़ी की पेशीनगोई की है। दक्षण पछमी मानसून बारे IMD ने कहा कि अगले 2 से 3 दिन दक्षणी पछमी मानसून दे बंगाल की दक्षणी खाड़ी अंडेमान समुद्र ते अंडेमान ते निकोबार टापुआ के कुछ हिस्सों विच अगे वधन की संभावना है। भारतीय टेबल टेनिस खिडारी शरस कमल ते जी साथियन ने अज दक्षणी अफ्रीका के डरबन विच विश्व टेबल टेनिस चैंपियनशिप विखे जेतू शुरुआत की है। शरद कमल ने एक रोमांचक मुकाबले विच ऑस्ट्रिया के डेविड सर डारलुगु नू 4-1 नाल हराया ते ओ दूजे गेड़ विच पहुंचे। जी साथियन ने भी मर्दां दे एक होर सिंगल्स विच इंग्लैंड के टॉम जैरविस नू 4-3 नाल हराया है। इस तों बाद इन्हां दोहां ने टीम वजो मर्दां दे डबल्स दे विच मिसर दे मुहम्मद शौमन ते मुहम्मद एल बियाली की जोड़ी नूं 3-0 नाल हराया। आखिर विच खास खबरां एक बार फिर सुन लो। प्रधानमंत्री नरेंद्र मोदी नूं उन्हां दी आलमी लीडरशिप लई फिजी ते पप्पुआ न्यू गिनी दे सब तों वड्डे सिविलियन सम्मान नाल नवाजा गया। पप्पुआ न्यू गिनी दे प्रधानमंत्री जेम्स मरैप ने कहा कि प्रशांत टापू देश आलमी पद्धर ते ताकत की खेड के शिकार ने ते देश आलमी मंचर ते भारतीय लीडरशिप के पिछे तुरनगे। RBI ने 2000 रुपए के नोट बदलाउण के संबंध में बैंकों नूं ताजा सलाह जारी की है। सैर सपाटे बारे G20 कार्यकारी समूह की तीजी मीटिंग अज दोपहर बाद जम्मू कश्मीर च श्रीनगर विखे शुरू होगी। इस आकाशवाणी तों खबरां दा ये बुलेटिन खत्म हुंदा है।